ਸਥਾਨ ਪ੍ਰਧਾਨ ਗੁਰਗੋਬਿੰਦ ਸਿੰਘ ਕਲੱਬ ਦੇ ਉਹ ਦੋਵੰਡਾ ਵਾਸਤੇ ਸੰਗਤਾਂ ਦਾ ਧੰਨਵਾਦ ਵੀ ਕਰਨਗੇ ਅਤੇ ਅਪੀਲ ਵੀ ਕਰਨਗੇ ਜੋ ਉਹਨਾਂ ਨੇ ਨਸ਼ਾ ਛੁਡਾਉਣ ਵਾਸਤੇ ਇੱਥੋਂ ਮੁਹਿੰਮ ਤੋਰੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਕਬਾਲ ਸਿੰਘ ਜੀ ਸੋ ਜਿੰਨੇ ਵੀ ਜਥੇਬੰਦੀ ਦੇ ਸੂਝਵਾਨ ਆਗੂ ਸਾਹਿਬਾਨ ਇੱਥੇ ਆਏ ਹੋਏ ਨੇ ਪਹਿਲਾਂ ਤਾਂ ਅਸੀਂ ਪਿੰਡ ਪੱਕਾ ਸ਼ਹੀਦਾਂ ਦੇ ਪਹੁੰਚਣ ਦਾ ਸਾਰੇ ਕਲੱਬ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਰਹੀ ਗੱਲ ਦੂਜੀ ਜਿਹੜੇ ਇਹ ਮੋਟਿਵ ਨੂੰ ਲੈ ਕੇ ਇੱਥੇ ਆਏ ਨੇ ਪਿੰਡ ਪੱਕਾ ਸ਼ਹੀਦਾਂ ਦੇ ਵਿੱਚ ਉਹ ਇਹਨਾਂ ਦਾ ਕੱਲਿਆਂ ਦਾ ਨਹੀਂ ਉਹ ਆਪਣਾ ਸਭ ਦਾ ਸਾਂਝਾ ਹੈ ਅਤੇ ਪੂਰਾ ਕਲੱਬ ਅਤੇ ਪਿੰਡ ਵਾਸੀ ਜਿਹੜੇ ਸਹਿਯੋਗ ਕਰਨਗੇ ਇਸ ਚੀਜ਼ ਦਾ ਅਤੇ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਿਆ ਅਸੀਂ ਕਰਾਂਗੇ ਇਕੱਠ ਕਰਕੇ ਵੀ ਕੋਸ਼ਿਸ਼ ਕਰਾਂਗੇ ਉੱਥੇ ਲਿਜਾਗੇ ਅਤੇ ਆਪਣਾ ਜਿਹੜਾ ਇਹ ਟੀਚਾ ਹੈ ਇਹਨੂੰ ਆਪਾਂ ਸਫਲ ਬਣਾਈਏ ਇਸ ਪ੍ਰੋਗਰਾਮ 'ਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਇਹ ਆਪਣੀ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ ਕਿਉਂਕਿ ਅੱਜ ਆਪਣੇ ਕਾਲਿਆਂ ਵਾਲੀ ਮੰਡੀ ਆਪਣੇ ਘਰ ਹੈ ਆਪਣੇ ਘਰ ਦੇ ਵਿੱਚ ਆਪਣਾ ਆਪਦਾ ਪ੍ਰੋਗਰਾਮ ਹੈ ਸੰਯੁਕਤ ਮੋਰਚੇ ਦੇ ਸਾਰੇ ਲੀਡਰ ਤਕਰੀਬਨ ਪਹੁੰਚ ਰਹੇ ਹੈ ਰਾਜੇਵਾਲ ਜੀ ਜੋਗਿੰਦਰ ਸਿੰਘ ਅਗਰਾਹਾਂ ਜੀ ਜੋਗਿੰਦਰ ਯਾਦਵ ਜੀ ਤਕਰੀਬਨ ਸਾਰੇ ਡਾਕਟਰ ਦਰਸ਼ਨਪਾਲ ਜੀ ਇੱਕ ਦੋ ਲੀਡਰਾਂ ਨੂੰ ਛੱਡ ਕੇ ਬਾਕੀ ਸਾਰੇ ਪਹੁੰਚ ਰਹੇ ਹੈ ਜੀ ਕਿਉਂਕਿ ਉਹਨਾਂ ਦਾ ਵੀ ਕੋਈ ਸਮਾਂ ਕੋਈ ਹੋਰ ਪ੍ਰੋਗਰਾਮ ਕਿਤੇ ਹੋਰ ਬਣਾਇਆ ਹੁੰਦਾ ਤਾਂ ਕਰਕੇ ਸੋ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਘਰ ਘਰ ਦੇ ਵਿੱਚੋਂ ਇੱਕ ਇੱਕ ਬੰਦਾ ਅਤੇ ਇੱਕ ਇੱਕ ਮਾਈ ਜ਼ਰੂਰ ਉੱਥੇ ਪਹੁੰਚੋ ਕਿਉਂਕਿ ਆਪਾਂ ਸਰਸੇ ਜਾ ਕੇ 10-12 ਹਜ਼ਾਰ ਦਾ ਇਕੱਠ ਦਿਖਾ ਸਕਦੇ ਹਾਂ ਜੀ ਅਤੇ ਆਪਣੇ ਕਾਲਿਆਂ ਵਾਲੀ ਤਾਂ ਆਪਾਂ ਨੂੰ 20-25 ਹਜ਼ਾਰ ਬੰਦੇ ਗੁਰੂ ਦਾ ਇਕੱਠ ਦਿਖਾਉਣਾ ਚਾਹੀਦਾ ਜੀ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚੋ ਬਾਕੀ ਇਹਦੇ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਇਨਵਾਈਟ ਕਰੀਏ ਕੋਈ ਕਿਸੇ ਜਥੇਬੰਦੀ ਦਾ ਜੋ ਵੀ ਵੱਡੀ ਹੈ ਛੋਟੀ ਹੈ ਕਿਸੇ ਜਥੇਬੰਦੀ ਨੂੰ ਨਹੀਂ ਛੱਡਿਆ ਸਾਰੀਆਂ ਜਥੇਬੰਦੀਆਂ ਬੁਲਾਈਆਂ ਵੀ ਆਪਣੇ ਸਰਸੇ ਜ਼ਿਲ੍ਹੇ ਜਿੰਨੀਆਂ ਵੀ ਜਥੇਬੰਦੀਆਂ ਵੀ ਤੁਸੀਂ ਉੱਥੇ ਪਹੁੰਚੋ ਬਸੰਤ ਸਿੰਘ ਜੀ ਜਿਹੜਾ ਕਿਉਲ ਪਿੰਡ ਤੋਂ ਆਪਾਂ ਹਲਕੇ ਪ੍ਰਧਾਨ ਬਣਾਇਆ ਕਾਲਿਆਂ ਵਾਲੀ ਦਾ ਇਹ ਜਦੋਂ ਪ੍ਰਧਾਨ ਬਣਾਇਆ ਸੀ ਉਦੋਂ ਕੁਛ ਦਿਨਾਂ ਬਾਅਦ ਪ੍ਰੋਗਰਾਮ ਕਾਲਿਆਂ ਵਾਲੀ ਵਾਸਤੇ ਮੰਗਦਾ ਸੀ ਵੀ ਇੱਕ ਕਾਲਿਆਂ ਵਾਲੀ ਪ੍ਰੋਗਰਾਮ ਕੀਤਾ ਜਾਵੇ ਤਾਂ ਉਹ ਅਸੀਂ ਲਾਸਟ ਮਾਰਚ ਦੇ ਬਣਾਇਆ ਸੀਗਾ ਅਤੇ ਉਹਨਾਂ ਦਿਨਾਂ ਦੇ ਵਿੱਚ ਥੋੜ੍ਹੇ ਦਿਨਾਂ ਬਾਅਦ ਵਾਢੀ ਦਾ ਜ਼ੋਰ ਪੈ ਗਿਆ ਸੀ ਆਖਿਆ ਵੀ ਇਕੱਠ ਨਹੀਂ ਹੋ ਸਕਣਾ ਅਤੇ ਫਿਰ ਆਪਾਂ ਵਾਢੀ ਤੋਂ ਬਾਅਦ ਬਿਜਾਈ ਆ ਗਈ ਫਿਰ ਕਰਾਂਗੇ ਫਿਰ ਇੱਕ ਪ੍ਰੋਗਰਾਮ 6 ਜੁਲਾਈ ਦਾ ਸਰਸੇ ਆ ਗਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿਤੇ ਕਰਨਾਲ ਕਿਤੇ ਸਰਸੇ ਕਈ ਦਿਨ ਆਪਣੇ ਕਿਸਾਨ ਭਰਾ ਗ੍ਰਿਫਤਾਰ ਕੀਤੇ 5 ਉਹਨਾਂ ਦੀ ਲੜਾਈ 'ਚ ਵੀ ਤੁਹਾਡੀ ਵੀ ਬਹੁਤ ਭਾਗੀਦਾਰ ਰਹੇ ਹਿੱਸਾ ਰਿਹਾ ਅਤੇ ਆਪਣੇ ਸਰਸੇ ਜ਼ਿਲ੍ਹੇ ਦੇ ਕਿਸਾਨ ਭਰਾ ਰਹੇ ਉਹਦੇ ਵਿੱਚੋਂ 2 ਹਲਕੇ ਜ਼ਿਆਦੇ ਮਤਲਬ ਵੀ ਜਿਹੜੇ ਪੰਜਾਬ ਦੇ ਨਾਲ ਲੱਗਦੇ ਆ ਡਾਂਭਾਲੀ ਅਤੇ ਕਾਲਿਆਂ ਵਾਲੀ ਕੋਈ ਵੀ ਇਕੱਠ ਹੋਵੇ ਭਾਵੇਂ ਦਿੱਲੀ ਮੋਰਚੇ 'ਤੇ ਜਾਣਾ ਹੋਵੇ ਕਰਨਾਲ ਜਾਣਾ ਹੋਵੇ ਢਮਾਣੇ ਜਾਣਾ ਹੋਵੇ ਇੱਥੋਂ ਦਾ ਜ਼ਿਆਦੇ ਆਪਣੇ ਕਿਸਾਨ ਭਰਾ ਮਤਲਬ ਭੀੜ ਦਾ ਹਿੱਸਾ ਬਣਦੇ ਨੇ ਸਾਰੇ ਸਰਸਾ ਜ਼ਿਲ੍ਹੇ ਦੇ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇੱਕ ਤਾਂ ਸਾਰੇ ਨਗਰ 27 ਤਰੀਕ ਦੇ ਬੰਦ ਦੇ ਵਿੱਚ ਪੂਰਾ ਸਹਿਯੋਗ ਕਰਨ ਕੋਈ ਆਵਾਜਾਈ ਨਾ ਕਰਨ ਸਾਰਿਆਂ ਦਾ ਪੂਰਾ ਸਹਿਯੋਗ ਹੋਣਾ ਚਾਹੀਦਾ ਅਤੇ ਦੂਜੀ ਬੇਨਤੀ ਇੱਕ ਸੰਯੁਕਤ ਮੋਰਚੇ ਵੱਲੋਂ 6 ਅਕਤੂਬਰ ਨੂੰ ਮੰਡੀ ਕਾਲਾਂ ਵਾਲੀ ਪੁਰਾਣੀ ਮੰਡੀ ਦੇ ਵਿੱਚ ਇੱਕ ਮਹਾਂਪੰਚਾਇਤ ਰੱਖੀ ਗਈ ਹੈ ਜਿਹਦੇ ਵਿੱਚ ਸੰਯੁਕਤ ਮੋਰਚੇ ਦੇ ਸਾਰੇ ਮੇਨ ਆਗੂ ਪਹੁੰਚ ਰਹੇ ਨੇ ਸਾਰੀਆਂ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ 6 ਅਕਤੂਬਰ ਨੂੰ ਮਾਈਆਂ ਦਾ ਇਕੱਠ ਅਤੇ ਸਾਰੇ ਸੱਜਣ ਉੱਥੇ ਵੱਧ ਤੋਂ ਵੱਧ ਗੱਡੀਆਂ ਟਰੈਕਟਰ ਮੋਟਰਸਾਈਕਲ ਲੈ ਕੇ ਪਹੁੰਚੋ ਤਾਂ ਕਿ ਆਪਾਂ ਆਏ ਹੋਏ ਮੇਨ ਲੀਡਰਾਂ ਦੇ ਵਿਚਾਰ ਸੁਣ ਸਕੀਏ ਕਿ ਵੱਧ ਤੋਂ ਵੱਧ 6 ਅਕਤੂਬਰ ਨੂੰ ਮੰਡੀ ਕਾਲਾਂ ਵਾਲੇ ਦੇ ਵਿੱਚ ਜੋ ਦਾਣਾ ਮੰਡੀ ਪੁਰਾਣੀ ਹੈ ਉੱਥੇ ਇੱਕ ਮਹਾਂਪੰਚਾਇਤ ਰੱਖੀ ਗਈ ਹੈ ਸੋ ਸਾਰੇ ਸੱਜਣ ਵੱਧ ਤੋਂ ਵੱਧ ਉੱਥੇ ਪਹੁੰਚਣ ਦੀ ਖੇਚਲਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ